ਹਾਂਜੀ ਬਾਈ ਜਸਪ੍ਰੀਤ ਸਿੰਘ ਪਟਿਆਲਵੀ ਹੈਨਾ ਜੀ ਪਟਿਆਲਵੀ ਜੀ ਚਿਹਰੇ ਤੇ ਰੌਣਕ ਕਿੰਨੀ ਆਈ ਹੈ ਬਾਈ ਜੀ ਬਹੁਤ ਆਈ ਹੈ ਜੀ ਅੱਜ ਚਿਹਰੇ ਤੇ ਵੀ ਆਈ ਹੈ ਗੱਡੀ ਤੇ ਵੀ ਰੌਣਕ ਆਈ ਹੈ ਗੱਡੀ ਦੇ ਦਿਨ ਐਤਵਾਰ ਹੈ ਐਤਵਾਰ ਹੈ ਜੀ ਤੇ ਦੋਸਤੋ ਤੇਲ ਅਗਰ ਇੰਨਾ ਰੇਲ ਪ੍ਰੈਸ਼ਰ ਚ ਡੱਬਾ ਹੈ ਤੇ ਇੰਜੈਕਟਰ ਨਵੇਂ ਕਰਨ ਤੋਂ ਬਾਅਦ ਤੁਸੀਂ ਵੀਡੀਓ ਵੇਖ ਲਿਓ ਤੁਸੀਂ ਆਪਣੇ ਇੰਜੈਕਟਰ ਕਿਵੇਂ ਬਚਾਓ ਮੁੱਦਾ ਕਰੀ ਪਟਾਏ ਆਈ ਦੋਸਤੋ ਆਪਣੇ ਕੋਲ ਆਈ ਹੈ i20 ਦੇ ਇਸ਼ੂ ਕਿਹੜੇ ਕਿਹੜੇ ਦੂਰ ਕਰ ਰਹੇ ਹੈ ਤੁਸੀਂ ਜਰਾ ਵੀਡੀਓ ਦੇ ਐਂਡ ਤੱਕ ਬਣੇ ਰਹੋ ਅਗਰ ਇੰਜੈਕਟਰ ਕਰਵਾਏ ਹੋਣ ਅਤੇ ਹਰੇਕ ਚੀਜ਼ ਦੀ ਕਲੀਨਿੰਗ ਹੋਈ ਹੋਵੇ ਅਤੇ ਡਸਟ ਇੰਨੀ ਗੰਦੀ ਵਿੱਚ ਹੋਵੇ ਫਿਰ ਇੰਜੈਕਟਰ ਤਾਂ ਖਰਾਬ ਹੋਣਗੇ ਵਾਰ ਵਾਰ ਵੀਰ ਜੀ ਹੁਣੇ ਪਟਿਆਲੇ ਤੋਂ ਆਏ ਸੀ ਇਹਨਾਂ ਦੀ ਗੱਡੀ 'ਚ ਇਸ਼ੂ ਬਹੁਤ ਸਾਰੇ ਸੀ ਪੂਰੀ ਵੀਡੀਓ ਦੇਖਿਓ ਪੂਰੀ ਟੋਕ ਸੁਣਿਓ ਇਸ ਟੋਕ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਸਮਝਾਉਣੀਆਂ ਅਤੇ ਦਿਖਾਉਣੀਆਂ ਕਿ ਤੁਹਾਡੀ ਗੱਡੀ 'ਚ ਵੀ ਇੱਦਾਂ ਸਮੱਸਿਆ ਹੈ ਤੁਹਾਡੀ ਗੱਡੀ ਦਾ ਵੀ ਟਰਬੋ ਐਂ ਢਿੱਲਾ ਹੈ ਅਗਰ ਢਿੱਲਾ ਹੈ ਤਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਕਿਹੜੇ ਕਿਹੜੇ ਇਸ ਗੱਡੀ ਦੇ ਮਸਲੇ ਹੱਲ ਕੀਤੇ ਵੀਡੀਓ ਦੇ ਐਂਡ ਤੱਕ ਬਣੋਗੇ ਤਾਂ ਪਤਾ ਲੱਗੂ ਧੰਨਵਾਦ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਆਪਣੇ ਕੋਲ ਗੱਡੀ ਆਈ ਹੈ ਜੀ ਇੰਜੈਕਟਰਾਂ ਦੇ ਵਿੱਚ ਇਸ਼ੂ ਹੈ ਸਾਊਂਡ ਜ਼ਿਆਦਾ ਜਦੋਂ ਡੈਲਫੀ ਦੇ ਇੰਜਨ ਪੁਰਾਣੇ ਹੋ ਜਾਣ ਜਾਂ ਇੰਜੈਕਟਰਾਂ ਦੀ ਸਰਵਿਸ ਹੋ ਜਾਵੇ ਜਾਂ ਗੰਦਾ ਤੇਲ ਪੈ ਕੇ ਪ੍ਰੋਬਲਮ ਆ ਜਾਵੇ ਉਸ ਤੋਂ ਬਾਅਦ ਇੰਜੈਕਟਰਾਂ ਦੀ ਸਾਊਂਡ ਮੈਂ ਚਾਹੇ ਕੰਮ ਕਰਦਾ ਥੋੜ੍ਹੀ ਜਿਹੀ ਆਊਗੀ ਜ਼ਿਆਦਾ ਆਉਣ ਦਾ ਕਾਰਨ ਇੰਜੈਕਟਰਾਂ 'ਚ ਪ੍ਰੋਬਲਮ ਹੈ ਫਿਲਟਰ ਬਾਡੀ ਬਿਲਕੁਲ ਡੈਮੇਜ ਹੈ ਇਹ ਆਪਾਂ ਚੇਂਜ ਕਰਨੀ ਹੈਗੀ ਹੈ ਗੱਡੀ ਐਕਸੀਡੈਂਟ ਹੋਈ ਹੈ ਆਪਾਂ ਇਹਦੇ ਇੰਜੈਕਟਰਾਂ ਦੀ ਸਰਵਿਸ ਕਰਾ ਰਹੇ ਹਾਂ ਆਲਰੇਡੀ ਇੱਕ ਦੋ ਵਾਰੀ ਇਹ ਸਰਵਿਸ ਹੋਈ ਹੈ ਗੰਦਾ ਤੇਲ ਪੈਂਟ ਕਰਕੇ ਇੰਜੈਕਟਰ ਚੋਕ ਹੋ ਗਏ ਜਦੋਂ ਇੰਜੈਕਟਰਾਂ ਦੀ ਆਪਾਂ ਏਅਰ ਬਬਲਸ ਬਾਹਰ ਕੱਢਦੇ ਹਾਂ ਤਾਂ ਇਹ ਡੈਲਫੀ 'ਚ ਪ੍ਰੋਬਲਮ ਹੈ ਵੀ ਇਹਨਾਂ ਨੇ ਸਟੱਕ ਹੋ ਜਾਣਾ ਹੁੰਦਾ ਪਰ ਕਈ ਵਾਰੀ ਅਸੀਂ ਕੰਮ ਕਰਦੇ ਹਾਂ ਉਦੋਂ ਵੀ ਇਹ ਸਟੱਕ ਹੋ ਜਾਂਦੇ ਆ ਬੇਟਾ ਨੇੜੇ ਜਿਹਾ ਜਮਾ ਹੜਾ ਜਾ ਜਦੋਂ ਸਟੱਕ ਹੋ ਜਾਂਦੇ ਕੋਈ ਐਸੀ ਗੱਲ ਨਹੀਂ ਹੈ ਵੀ ਇਹ ਸਟੱਕ ਉੱਪਰ ਵੀ ਖੁੱਲ੍ਹ ਜਾਂਦੇ ਆ ਠੀਕ ਹੈ ਜੀ ਇੰਜੈਕਟਰਾਂ ਦੀ ਆਪਾਂ ਸਰਵਿਸ ਕਰਾਉਣੀ ਹੈ ਕਿਸੇ ਦੀ ਕਿੱਟ ਪੈਂਦੀ ਆ ਜਾਂ ਨਹੀਂ ਪੈਂਦੀ ਕੁਛ ਨਹੀਂ ਪੈਂਦਾ ਠੀਕ ਹੈ ਜੀ ਇਸ ਤੋਂ ਇਲਾਵਾ ਆਪਾਂ ਜਿਹੜੀ ਚੀਜ਼ ਤੁਹਾਨੂੰ ਹੁਣ ਦਿਖਾਉਣੀ ਹੈ ਠੀਕ ਹੈ ਜੀ ਆਹ ਦੇਖੋ ਇਹ ਇਹਨਾਂ ਇੰਜੈਕਟਰਾਂ ਦੇ ਵਿੱਚ ਰਬੜ ਰਿੰਗ ਹੈ ਨਹੀਂ ਠੀਕ ਹੈ ਜੀ ਇਸ ਇੰਜੈਕਟਰ ਦੇ ਵਿੱਚ ਰਬੜ ਰਿੰਗ ਹੈਗਾ ਠੀਕ ਹੈ ਜੀ ਇੰਜੈਕਟਰਾਂ ਦੇ ਵਿੱਚ ਇਹਦੇ 'ਚ ਵੀ ਹੈਗਾ ਇਹਦੇ ਵਿੱਚ ਵੀ ਹੈਗਾ ਅਤੇ ਇਹਦੇ ਵਿੱਚ ਇੱਕ 'ਚ ਹੈ ਨਹੀਂ ਅਤੇ ਰੱਬ ਤੁਹਾਡਾ ਭਲਾ ਕਰੇ ਇੰਜੈਕਟਰ 4 ਹੁੰਦੇ ਹੈ ਅਤੇ 3 ਦੇ ਵਿੱਚ ਰਬੜ ਰਿੰਗ ਹੈ ਜੋ ਰਬੜ ਰਿੰਗ ਇੱਦਾਂ ਦਾ ਹੋਵੇ ਅਤੇ ਥਾੜ ਥਾੜ ਪਾਣੀ ਆਪਾਂ ਇੰਜਣ 'ਤੇ ਮਰਾਈਏ ਤਾਂ ਇੰਜੈਕਟਰ ਆ ਜਿਹੜੇ ਉਹ ਪ੍ਰੋਬਲਮ ਕ੍ਰੀਏਟ ਕਰਨਗੇ ਇਹਨਾਂ ਥਾਵਾਂ ਵਿੱਚ ਵੀ ਸੋਲੋਨਾਈਟ ਦੇ ਵਿੱਚ ਪਾਣੀ ਚਲਾ ਜਾਏਗਾ ਗੱਡੀ ਹੋਈ ਹੈ ਐਕਸੀਡੈਂਟ ਬਜਟ ਕਸਟਮਰ ਨੂੰ ਦੇ ਚੁੱਕੇ ਹਾਂ ਕਿੱਥੇ ਕੀ ਗੱਲ ਹੈ ਸਹੀ ਮਹੀਨੇ ਦੇ ਵਿੱਚ ਆ ਪਾਈਪ ਆ ਜਿਹੜੀ ਇਹ ਬੈਂਡ ਕੀਤੀ ਹੋਈ ਹੈ ਇਹ ਪਾਈਪ ਬੈਂਡ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਜੇ ਵੀਰ ਜੀ ਕਹਿਣਗੇ ਕੰਮ ਕਰਵਾਵਾਂਗੇ ਜੇ ਨਹੀਂ ਕਹਿਣਗੇ ਤਾਂ ਅਸੀਂ ਨਹੀਂ ਕਰਾਂਗੇ ਕਿਉਂਕਿ ਹਰੇਕ ਚੀਜ਼ ਬਜਟ ਨਾਲ ਚੱਲਿਆ ਜਾਂਦਾ ਟਰਬੋ ਆ ਡਾਊਨ ਹੈ ਮਾਸ ਏਅਰ ਫਲੋ ਸੈਂਸਰ ਅਸੀਂ ਲਾ ਕੇ ਚੈੱਕ ਕਰ ਲਿਆ ਗੱਡੀ ਦੀ ਪਿਕਅਪ ਨੂੰ ਫਰਕ ਪੈ ਗਿਆ ਹੈ ਮਹਿੰਗਾ ਕਸਟਮਰ ਦਾ ਬਣ ਪਾਏਗਾ ਲਵਾਏਗਾ ਲਾਏਗਾ ਨਹੀਂ ਤਾਂ ਨਹੀਂ ਅਤੇ ਜਿਹੜੇ ਇਸ਼ੂ ਹੈ ਥੋੜ੍ਹੇ ਥੋੜ੍ਹੇ ਇਹ ਆਪਾਂ ਦੂਰ ਕਰਾਂਗੇ ਕਿਉਂਕਿ ਗੱਡੀ ਜਦੋਂ ਆਪਾਂ ਚੈੱਕ ਕਰਦੇ ਹਾਂ ਅਤੇ ਤਾਰਾਂ ਇੱਦਾਂ ਕੱਟ ਦਿੰਦੇ ਹਾਂ ਤਾਂ ਪਾਣੀ ਮਾਰਦੇ ਹਾਂ ਇਹ 'ਚ ਆ ਜਾਂਦਾ ਮੋਇਸਚਰ ਠੀਕ ਹੈ ਜੀ ਅਤੇ ਇੰਜੈਕਟਰ ਆਪਾਂ ਬਾਹਰ ਕੱਢਣ ਲੱਗੇ ਹਾਂ ਖੋਲ੍ਹ ਚੁੱਕੇ ਹਾਂ ਬੇਟਾ ਕੱਢੀ ਇੰਜੈਕਟਰ ਬਾਹਰ ਚਾਰੇ ਇੰਜੈਕਟਰਾਂ ਦੀ ਆਪਾਂ ਸਰਵਿਸ ਕਰਵਾਵਾਂਗੇ ਸਾਊਂਡ ਕਿੰਨੀ ਘੱਟਦੀ ਹੈ ਆਪਾਂ ਚੈੱਕ ਕਰਾਂਗੇ ਰੱਖ ਦਿਓ ਬੇਟਾ
ਸੋ ਦੋਸਤੋ ਇੱਕ ਬੇਨਤੀ ਕਰਾਂ ਮੈਂ, ਅਸੀਂ ਜਦੋਂ ਕੰਮ ਕਰਨਾ ਹੁੰਦਾ ਨਾ, ਅਸੀਂ ਆਹ ਚੀਜ਼ਾਂ ਨੂੰ ਸਾਰੀਆਂ ਨੂੰ ਚੈੱਕ ਕਰਨਾ, ਟਰਬੋ ਆਇਲ ਇੰਟਰਕੂਲਰ ਚੈੱਕ ਕਰਨਾ, ਅਸੀਂ ਬੰਪਰ ਰਿਮੂਵ ਕਰ ਲੈਂਦੇ ਹਾਂ, ਠੀਕ ਹੈ ਜੀ। ਉਹਦੇ ਵਿੱਚ ਕੀ ਹੁੰਦਾ ਹੈ, ਕੋਈ ਨਿੱਕਾ ਜਿਹਾ ਇਸ਼ੂ ਹੈ ਜਿਹੜਾ, ਉਹ ਵੀ ਸਾਨੂੰ ਨਜ਼ਰ ਆ ਜਾਂਦਾ। ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਦੋਂ ਦੂਰੋਂ ਕਸਟਮਰ ਚੱਲ ਕੇ ਆਵੇ ਅਤੇ ਉਹਦੇ ਜਿਹੜੀ ਆ ਪ੍ਰੋਬਲਮ ਹੈ ਉਹਨੂੰ ਬਹੁਤ ਬਰੀਕੀ 'ਚ ਦੇਖਿਆ ਜਾਵੇ। ਭਾਜੀ ਮਾਈਕ ਫੜਿਓ ਹੁਣ ਆਪਣੇ ਕੋਲ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਆ ਭਾਅ ਜੀ? ਸਤਿ ਸ਼੍ਰੀ ਅਕਾਲ ਭਾਅ ਜੀ। ਭਾਅ ਜੀ ਕਿਹੜੇ ਸ਼ਹਿਰੋਂ ਆਏ ਹੋ? ਭਾਅ ਜੀ ਆਪਾਂ ਪਟਿਆਲੇ ਤੋਂ ਆਏ, ਖਾਸ ਪਟਿਆਲੇ। ਭਾਅ ਜੀ ਇੰਨੀ ਦੂਰ ਤੁਹਾਨੂੰ ਕੀ ਦਿੱਕਤ ਮਹਿਸੂਸ ਹੋਈ ਵੀ ਜਿਹੜਾ? ਭਾਅ ਜੀ ਆਪਾਂ ਨੇ ਇੰਜੈਕਟਰ ਕਰਾਇਆ, ਇੰਜੈਕਟਰ ਕਰਾਉਣ ਤੋਂ ਬਾਅਦ ਨਾ ਗੱਡੀ ਦੀ ਪੀਕਅਪ ਬਣ ਰਹੀ ਹੈ, ਠੀਕ ਹੈ ਜੀ, ਨਾ ਚਲਾਵਾ ਵਧੀਆ ਲੱਗ ਰਿਹਾ ਗੱਡੀ ਦਾ, ਤਾਂ ਕਰਕੇ ਤੁਹਾਡੀ ਵੀਡੀਓ ਦੇਖ ਕੇ ਆਪਾਂ ਅਪੁਆਇੰਟਮੈਂਟ ਲੈ ਕੇ ਤਾਂ ਹੀ ਅੱਜ ਗੱਡੀ ਠੀਕ ਕਰਾਉਣਾ। ਭਾਅ ਜੀ ਆਪਾਂ ਥੋੜ੍ਹੀ ਜਿਹੀ ਪਿਕਅਪ ਤਾਂ ਮਾਸਿਰ ਫਲੋ ਸੈਂਸਰ ਲਾ ਕੇ ਵਧਾ ਤੀ, ਉਹ ਉਤਾਰ ਲਿਆ। ਮੇਨ ਇਸ਼ੂ ਹੈ ਜਿਹੜੇ ਉਹ ਆਪਾਂ ਹੁਣ ਦੇਖਦੇ ਪਏ ਹਾਂ, ਇੰਜੈਕਟਰਾਂ ਦੀ ਸਾਊਂਡ ਡੈਲਫੀ ਦੀ ਰਹਿੰਦੀ ਹੈ। ਇਹ ਡੈਲਫੀ ਨੂੰ ਪ੍ਰੋਬਲਮ ਕਿਉਂ ਆਈ ਭਾਅ ਜੀ? ਇਹ ਭਾਅ ਜੀ ਆਪਾਂ ਨਾ ਕੋਈ ਫਰੈਂਡ ਆਇਆ ਪਿਆ ਸੀ ਅਤੇ ਉਹ ਗੱਡੀ ਲੈ ਗਿਆ। ਅੱਛਾ ਜੀ। ਉਹ ਗੱਡੀ ਲੈ ਗਏ, ਉਹਨਾਂ ਨੇ ਜੀ ਚੰਡੀਗੜ੍ਹ ਤੋਂ ਅੱਗੇ ਗਏ ਪਏ ਸੀ, ਉਹਨਾਂ ਨੇ ਆਉਂਦੇ ਵੇਲੇ ਤੇਲ ਨਹੀਂ ਪਾਇਆ, ਬੱਤੀ ਜੱਗੀ ਪਈ ਸੀ। ਉਹਨਾਂ ਨੂੰ ਆਇਆ ਸੀ ਵੀ ਚੱਲ ਆਪਾਂ ਘਰੇ ਆ ਕੇ ਤੇਲ ਪਾ ਲਾਂਗੇ ਜੀ, ਘਰੇ ਤੇਲ ਪਿਆ, ਕੋਈ ABCZ ਕੋਈ ਇਸ਼ੂ ਹੋਣਾ, ਉਹਦੇ ਕਰਕੇ ਜਿਹੜੇ ਆਪਣੇ ਇੰਜੈਕਟਰ ਆ ਉਹ ਸਟੱਕ ਹੋ ਗਏ। ਮੈਂ ਭਾਅ ਜੀ ਇੱਕ ਇੱਥੇ ਰੋਕਦਾ ਤੁਹਾਨੂੰ, ਤੁਹਾਡੇ ਕਹਿਣ ਦਾ ਮਤਲਬ ਇੰਜੈਕਟਰ ਤੇਲ ਉਹਨਾਂ ਨੇ ਘਰੋਂ ਪਾ ਲਿਆ ਜਾਂ ਨਹੀਂ? ਘਰੋਂ ਪਾਇਆ ਨਹੀਂ, ਤੇਲ ਹੀ ਨਹੀਂ ਪਾਇਆ ਉਹਨਾਂ ਨੇ। ਦੋਸਤੋ ਇੱਥੇ ਇੱਕ ਗੱਲ ਹੋਰ ਸਮਝ ਲਓ, ਆ ਬੇਟਾ ਫੋਨ ਫੜੀ, ਜਿਹੜੀ ਭਾਅ ਜੀ ਨੇ ਆਪਣੇ ਨੂੰ ਗੱਲ ਦੱਸੀ ਜੀ, ਅਸੀਂ ਕੋਸ਼ਿਸ਼ ਹਮੇਸ਼ਾ ਹੀ ਕਰਦੇ ਹਾਂ ਅਗਲੇ ਪੰਪ ਤੋਂ ਪਵਾਵਾਂਗੇ ਜੀ, ਕੋਈ ਗੱਲ ਨਹੀਂ ਹਜੇ ਚੱਲਣ ਯੋਗ ਹੈਗੀ ਹੈ, ਠੀਕ ਹੈ ਜੀ। ਮੀਟਰ ਦੇ ਉੱਤੇ ਬਹੁਤ ਸਾਰੀਆਂ ਗੱਡੀਆਂ ਦੀ ਰੀਡਿੰਗ ਆਉਂਦੀ ਹੁੰਦੀ ਹੈ ਵੀ ਬਾਈ ਜੀ 80 ਕਿਲੋਮੀਟਰ 70 ਕਿਲੋਮੀਟਰ ਚੱਲੂ। ਮੈਂ ਜਦੋਂ ਕਹਿੰਦਾ ਵੀ 2 ਟੱਕ ਹੋਣ ਤਾਂ ਤੇਲ ਉਸ ਤੋਂ ਪਹਿਲਾਂ ਪਾ ਲਓ। ਭਾਅ ਜੀ ਇਹ ਵੀ ਹੋਣਾ, ਜਦੋਂ ਤੇਲ ਦੇ ਟੈਂਕੀ 'ਚ ਗੰਦ ਹੋਇਆ ਤਾਂ ਜਦੋਂ ਤੇਲ ਘਟੂਗਾ ਉਹਨੇ ਤਾਂ ਵੀਰੇ ਚੰਗਾ ਤੇਲ ਦੇ ਨਾਲ ਗੰਦਾ ਤੇਲ ਵੀ ਖਿੱਚਣਾ ਹੀ ਹੈ। ਬਿਲਕੁਲ, ਜਿੰਨਾ ਖਿੱਚੂਗਾ, ਜਿੰਨਾ ਪੰਪ ਧੱਕੂਗਾ, ਵੈਕਮ ਬਣ ਕੇ ਫਿਲਟਰ ਚੋਕ ਹੋਇਆ, ਡੀਜ਼ਲ ਦੇ ਵਿੱਚ ਗੰਦ ਹੋਇਆ, ਤਾਂ ਇੰਜੈਕਟਰਾਂ ਤੱਕ ਕਚਰਾ ਆਉਣਾ ਹੀ ਆਉਣਾ। ਹੁਣ ਤੁਸੀਂ ਬਾਈ ਜੀ, ਮੈਂ ਸ਼ਕਲ ਨਹੀਂ ਦਿਖਾ ਸਕਦਾ, ਹਰੇਕ ਬੰਦੇ ਦੀ ਇੱਕ ਆਪਦੀ ਪਰਸਨਲ ਲਾਈਫ ਹੁੰਦੀ ਹੈ ਅਤੇ ਉਹ ਨਹੀਂ ਆਉਣਾ ਚਾਹੁੰਦੇ ਕੈਮਰੇ 'ਚ, ਪਰ ਉਹ ਇਸ ਮਾਧਿਅਮ ਨਾਲ ਬਾਈ ਜੀ ਨੂੰ ਪੁੱਛਾਂਗੇ ਵੀ ਬਾਈ ਜੀ ਉਸ ਤੋਂ ਬਾਅਦ ਫਿਰ ਕੀ ਹੋਇਆ ਜੋ ਸਟੱਕ ਹੋ ਗਏ? ਭਾਅ ਜੀ ਜਦੋਂ ਸਟੱਕ, ਇੱਕ ਮਿੰਟ ਬੇਟੇ, ਜਦੋਂ ਆਪਣੇ ਇੰਜੈਕਟਰ ਸਟੱਕ ਹੋ ਗਏ ਤਾਂ ਆਪਾਂ ਨੀਅਰ ਅਬਾਊਟ ਉੱਥੇ ਮਕੈਨਿਕ ਸੀ, ਠੀਕ ਹੈ ਜੀ, ਉਹਨਾਂ ਨੇ ਕਿਹਾ ਜੀ ਇਹ ਇੰਜੈਕਟਰ ਮਤਲਬ ਬਲੋਕ ਹੋ ਗਏ, ਬਲੋਕ ਹੋ ਗਏ ਜੀ, ਆਪਾਂ ਇੰਜੈਕਟਰ ਕਰਾ ਲੈਂਦੇ ਹਾਂ। ਮਤਲਬ 4 ਦਿਨ ਗੱਡੀ ਉਹਨਾਂ ਕੋਲ ਖੜੀ ਰਹੀ, ਉਹਨਾਂ ਨੇ ਜੀ ਜੀਰਕਪੁਰ ਤੋਂ ਇੰਜੈਕਟਰ ਕਰਾਏ, ਇੰਜੈਕਟਰ ਵੀ ਮਹਿੰਗੇ ਹੋਏ ਆ, ਫਿਰ ਉਸ ਤੋਂ ਬਾਅਦ ਉਹਨਾਂ ਨੇ ਜੀ ਟੈਂਕੀ ਸਾਫ਼ ਕੀਤੀ, ਸਾਰਾ ਡੀਜ਼ਲ ਫਿਲਟਰ ਵੀ ਪਾਇਆ। ਪਰ ਜਦੋਂ ਆਪਾਂ ਨੇ ਗੱਡੀ ਚਲਾਈ ਦੁਬਾਰਾ, ਉਹਨਾਂ ਨੂੰ ਅਸੀਂ ਕਿਹਾ ਵੀ ਭਾਅ ਜੀ ਇੱਕ ਇੰਜੈਕਟਰ ਦੀ ਆਵਾਜ਼ ਆ ਰਹੀ, ਇੱਕ ਪਿਕਅਪ ਨਹੀਂ ਬਣ ਰਹੀ। ਉਹ ਕਦੇ ਕਹਿ ਦੇਣ ਜੀ ਗੱਡੀ ਹੀਟ ਹੋਈ ਪਈ ਹੈ, ਕਦੇ ਤੁਹਾਡੀ ਫਿਲਟਰ ਪੈਣ ਵਾਲੇ ਆ, ਕਦੇ ਤੁਹਾਡੀ ਨੋਜ਼ਲਾਂ ਪੈਣ ਵਾਲੀਆਂ। ਆਪਾਂ 2-3 ਵਾਰ ਉਹ ਇੰਜੈਕਟਰ ਵਾਲੇ ਕੋਲ ਵੀ ਵਿਜ਼ਿਟ ਕਰ ਲਿਆ, ਉਹਨਾਂ ਨੇ ਕਹਿ ਤਾ ਜੀ ਕੰਟਰੋਲ ਬਾਲ ਪੈਣ ਵਾਲਾ, ਇੰਜੈਕਟਰ ਦੇ ਆਪਣੀ ਜਿਹੜੀ ਨੋਜ਼ਲਾਂ ਉਹ ਚੇਂਜ ਹੋਣਗੀਆਂ, ਨੋਜ਼ਲਾਂ ਵੀ ਚੇਂਜ ਕਰਾ ਲਈਆਂ। ਪਰ ਜਿਹੜਾ ਉਹ ਜਿਹੜਾ ਇਸ਼ੂ ਰਿਹਾ ਉਹਦੇ ਤੱਕ ਉਹ ਸੋਲਵ ਨਹੀਂ ਹੋਇਆ ਪਿਆ ਅੱਜ ਤੱਕ। ਆਖਿਰਕਾਰ ਫਿਰ ਤਾਂ ਹੀ ਭਾਅ ਜੀ ਕੋਲ ਆ ਕੇ ਆਪਾਂ ਨੇ ਵਿਜ਼ਿਟ ਕੀਤਾ ਵੀ ਤਾਂ ਜੋ ਆਪਣੀ ਜੋ ਪ੍ਰੋਬਲਮ ਆ ਰਹੀ ਆ ਉਹ ਸੋਲਵ ਹੋ ਸਕੇ। ਹੁਣ ਵੀਰ ਦੀ ਦਾਸਤਾਂ ਸਾਰਿਆਂ ਨੇ ਸੁਣ ਲਈ, ਕਮੈਂਟ ਪਾਉਣ ਵਾਲਾ ਤਾਂ ਮੈਂਟ ਲਾਉਂਦਾ, ਜੇ ਬਾਈ ਜੀ ਕਿਸੇ ਚੀਜ਼ ਨੂੰ ਆਪਾਂ ਹੱਥ ਨਹੀਂ ਲਾਵਾਂਗੇ, ਉਹਦੀ ਲੇਬਰ ਵੀ ਨਹੀਂ ਲਵਾਂਗੇ ਤਾਂ ਤੁਹਾਡਾ ਕੰਮ ਵੀ ਨਹੀਂ ਸਵਾਰਾਂਗੇ। ਬਿਲਕੁਲ ਜੀ, ਠੀਕ ਹੈ ਜੀ। ਹੁਣ ਤੁਹਾਡੇ ਇੰਜੈਕਟਰਾਂ ਦੀ ਸਾਊਂਡ ਤਾਂ ਰਹਿਣੀ ਹੈ, ਫਿਲਟਰ ਬਾਡੀ ਤੁਹਾਡੀ ਡੈਮੇਜ ਹੈ, ਇਹ ਆਪਾਂ ਨਵੀਂ ਪਾਉਣੀ ਹੈ ਜੀ, ਸਾਊਂਡ ਘਟੇਗੀ। ਇਸ ਤੋਂ ਇਲਾਵਾ ਜੇ ਮੈਂ ਪਾਈਪ ਨਾ ਖੋਲਦਾ ਤਾਂ ਤੁਸੀਂ ਦੂਰ ਹੀ ਖੜ੍ਹੇ ਰਹੋ, ਤੇਲ ਆਇਆ ਹੋਇਆ ਇੱਥੇ ਜੀ?
ਆਇਆ ਪਿੰਡ ਅਲਾ ਦੀਨ ਦਾ ਚਿਰਾਗ ਤਾਂ ਕੰਮ ਨਹੀਂ ਕਰਦਾ, ਕਰਦੇ ਤਾਂ ਮਿਸਤਰੀ ਹੈ ਨਾ ਕੰਮ। ਮੈਂ ਤਾਂ ਜਿਹੜੀਆਂ ਚੀਜ਼ਾਂ 'ਚ ਕਮੀ ਹੈ ਉਹ ਮੈਂ ਦੂਰ ਕਰਨੀ ਹੈ। ਧੰਦਿਆਈ ਬਾਹਰ ਆਈ ਵੀ ਹੈ, ਜੇ ਧੰਦਿਆਈ ਆਈ ਹੈ ਤਾਂ ਇੱਥੇ ਹਵਾ ਵੀ ਬਾਹਰ ਆਊਗੀ, ਆਊ ਕਿ ਨਹੀਂ ਆਊਗੀ ਜੀ? ਆਊਗੀ ਜੀ, ਆਊਗੀ। ਟੀ ਵੀ ਦੇ ਉੱਤੇ ਐਡ ਰੋਜ਼ ਦੇਖਦੇ, ਖਾਇਆ ਪੀਆ ਲੱਗਤਾ ਨਹੀਂ। ਅਤੇ ਬਾਈ ਜੀ ਜਿੰਮ ਜਾ ਕੇ ਬਣਾ ਦੀ, ਰੋਜ਼ ਬੱਕਰੇ ਅਤੇ ਕਾਜੂ ਬਦਾਮ ਪਿਸਤੇ ਖਾਓ। ਜਿੰਨਾ ਚਿੱਕਰ ਤੁਹਾਡਾ ਮੈਟਾਬੋਲਿਊਮ, ਤੁਹਾਡਾ ਲੀਵਰ, ਤੁਹਾਡੀ ਪਾਚਨ ਕਿਰਿਆ ਨਹੀਂ ਠੀਕ, ਖਾਇਆ ਪੀਆ ਲੱਗਤਾ ਨਹੀਂ, ਇਹਦਾ ਹੁਣ ਹਵਾ ਤਾਂ ਲੱਗਦੀ ਨਹੀਂ, ਇਹਦੀ ਐਨਰਜੀ ਤਾਂ ਵੇਸਟ ਹੋ ਜਾਂਦੀ ਹੈ। ਮਕੈਨਿਕ ਇੰਨਾ ਡੀਪ ਨਹੀਂ ਸੋਚ ਕੇ ਰਾਜੀ। ਬਹੁਤ ਸਾਰੇ ਦੋਸਤ ਵੀਡੀਓ ਵੇਖ ਵੀ ਲੈਂਦੇ ਆ, ਕੰਮ ਵੀ ਕਰਨ ਲੱਗ ਪਏ, ਪਰ ਜਿਹੜੀ ਬਰੀਕੀ ਵਾਲਾ ਕੰਮ ਅਸੀਂ ਕਰਦੇ ਕੋਈ ਉਸ ਪਾਸੇ ਪਹੁੰਚ ਕੇ ਨਹੀਂ ਰਾਜੀ। ਸਹੀ ਗੱਲ ਹੈ ਜੀ ਤੁਹਾਡੀ। ਸਾਰੀ ਦਿਹਾੜੀ ਖੱਪਣਾ ਭਾਅ ਜੀ, ਮੰਗ ਕੇ ਲੈਣ 'ਚ ਕੋਈ ਇਤਰਾਜ਼ ਨਹੀਂ, ਠੀਕ ਹੈ। ਹੁਣ ਤੁਹਾਡੀ ਗੱਡੀ ਦੀ ਜੋਬ ਨੂੰ ਡਨ ਕਰਦੇ ਹਾਂ, ਪਰ ਇੰਜੈਕਟਰਾਂ ਦੀ ਸਾਊਂਡ 5-10% ਰਹੇਗੀ ਨੌਕਿੰਗ, ਕਿਉਂਕਿ ਪੁਰਾਣੀ ਹੈ, ਠੀਕ ਹੈ ਭਾਅ ਜੀ? ਹਾਂਜੀ ਹਾਂਜੀ, ਓਕੇ ਜੀ, ਓਕੇ ਜੀ, ਐਗਰੀ ਹੋ? ਹਾਂਜੀ ਹਾਂਜੀ ਬਿਲਕੁਲ। ਅੱਲਾ ਬਈ, ਚਲੋ ਦੋਸਤੋ, ਕਈ ਰੀਤ ਤੋਂ ਖੋਲ੍ਹੀ ਦਾ ਨਾ ਜਦੋਂ ਉਹ ਜਲ ਜੀ ਵੱਖਰੀ ਜੀ ਹੋ ਜਾਂਦੀ ਹੈ, ਤਾਂ ਬੜੀਆਂ ਚੀਜ਼ਾਂ ਦਾ ਵਿਚਾਰ ਕਰਨਾ ਪੈਂਦਾ ਜਦੋਂ ਕੰਮ ਨੂੰ ਕਰਨਾ ਪੈਂਦਾ। ਆਪਾਂ ਰੇਲ ਵੇਖਦੇ ਹਾਂ ਵੀ ਇਹਦੇ 'ਚ ਕਿਵੇਂ ਆ, ਆਹ ਵਾਹ ਜੀ ਵਾਹ। ਸਰਦਾਰ ਸਾਹਿਬ ਨੇੜੇ ਜੀ ਆ ਜਾਓ ਮੇਰੇ ਕੋਲ, ਐਂ ਲੱਗਿਆ ਰਹਿਣ ਦੇ ਪੁੱਤੋ। ਭਾਊ ਜੀ ਮੇਰੇ ਕੋਲ ਆ ਜਾਓ 2 ਮਿੰਟ। ਲਓ ਵੀ ਸੱਜਣੋ, ਹਜੇ ਟੈਂਕੀ ਸਾਫ਼ ਹੋਈ ਵੀ ਆ। ਅੱਛਾ ਇੱਕ ਚੀਜ਼ ਹੋਰ ਦਿਖਾਈਏ ਬੇਟਾ, ਫੜ ਲਾ ਭਾਊ ਜੀ ਆਇਓ। ਆਪਾਂ ਬਾਰਡ ਨਵਾਂ ਲੈ ਲਿਆ ਜੀ, ਪਾਸਾ ਉਲਟਾ ਲਿਆ, ਆ ਵਿੱਚ ਜਾ ਰਿਹਾ। ਕਾਰਬਨ ਸਰਦਾਰ ਸਾਹਿਬ ਤੁਸੀਂ ਕੰਮ ਕਰਾਇਆ ਵੇ? ਹਾਂਜੀ। ਹੁਣ ਜੇ ਮੈਂ ਤੁਹਾਡੇ ਮੁਤਾਬਕ ਵੀ ਬਾਈ ਜੀ ਮੈਂ ਖਰਚਾ ਨਹੀਂ ਵਧਾਉਣਾ, ਠੀਕ ਹੈ ਜੀ, ਅਤੇ ਤੁਸੀਂ ਪੈਸੇ ਲਵਾ ਕੇ ਆਏ ਹੈ, ਤੁਸੀਂ ਮੈਨੂੰ ਕੀ ਆਖਿਆ ਟੈਂਕੀ ਸਾਫ਼ ਹੋਈ ਵੀ ਹੈ? ਟੈਂਕੀ ਸਾਫ਼ ਹੋਈ ਪਈ, ਪੈਪਾਂ ਹੋਈ ਪਈ, ਟੋਰਬੋ ਦੀ ਪੈਪਾਂ ਸਾਫ਼ ਕੀਤੀ। ਮੈਂ ਤਾਂ ਕੁਛ ਨਹੀਂ ਕੀਤਾ, ਤੁਹਾਡੇ ਸਾਹਮਣੇ ਨਟ ਖੋਲਿਆ ਵੀਰੇ। ਹਾਂਜੀ ਹਾਂਜੀ। ਕੁਛ ਲੱਗਦਾ ਫਰਕ? ਇੱਕ ਮਿੰਟ ਸਟੋਪ ਕਰ ਲਈ ਬੇਟਾ, ਬੇਟਾ ਇੱਕ ਯਾਰਕ ਜਾਂ ਕੋਈ ਚੀਜ਼ ਦੇ। ਟੇਪ ਹੈ, ਆਪਾਂ ਇਹਦੇ ਵਿੱਚ ਮਾਰ ਕੇ ਨਾ ਅਤੇ ਤੁਹਾਨੂੰ ਗੰਦ ਕੱਢ ਕੇ ਦਿਖਾਉਣੇ ਆ। ਆਹ ਬਿਲਕੁਲ ਸਾਫ਼ ਵਾਈਟ ਪਿਆ। ਚਲੀ ਬੇਟਾ, ਚੱਕੀ ਤਾਂ ਮੁੱਦਾ ਕਰੀ ਪੁੱਟਾ ਆਈ। ਕਿੱਡਾ ਕਰਦੇ
ਸਰਦਾਰ ਸਾਹਿਬ ਹੁਣ ਤੁਸੀਂ ਦੱਸੋ ਵੀ ਜਿਹੜਾ ਕੁਛ ਤੁਸੀਂ ਕਰਵਾਇਆ ਜੇ ਮੈਂ ਉਸ ਮਕੈਨਿਕ ਦੇ ਜਾਂ ਤੁਹਾਡੇ ਟੈਸਟਾਂ ਦੇ ਮੁਤਾਬਕ ਰਹਿ ਜਾਂਦਾ ਇਹਦਾ ਰਿਜ਼ਲਟ ਮਿਲ ਜਾਂਦਾ? ਨਹੀਂ ਨਹੀਂ, DMC ਵਾਲਾ ਡਾਕਟਰ ਜਾਂ ਚੰਗਾ ਡਾਕਟਰ ਕਿਸੇ ਦੇ ਟੈਸਟਾਂ 'ਤੇ ਯਕੀਨ ਕਿਉਂ ਨਹੀਂ ਕਰਦਾ? ਕੁਛ ਸਮਝ ਆਈ ਭਾਅ ਜੀ? ਬਿਲਕੁਲ ਬਿਲਕੁਲ ਜੀ। ਜਦੋਂ ਰਿਜ਼ਲਟ ਦੇਣੇ ਨਾ ਭਾਅ ਜੀ, ਉਦੋਂ ਬਹੁਤ ਸਾਰੇ ਐਫਰਟਸ ਕਰਨੇ ਪੈਂਦੇ ਆ, ਅਤੇ ਸਾਰੀ ਇਹ ਮਿਹਨਤ ਹੀ ਹੈ ਜਿਹੜੀ ਤੁਹਾਡੇ ਸਾਹਮਣੇ ਅਸੀਂ ਕਰ ਰਹੇ ਹਾਂ। ਜਿਹੜਾ ਕੋਈ ਵਿਅਕਤੀ ਨਹੀਂ ਕਰਕੇ ਰਾਜੀ, ਜਿਸ ਵਿਅਕਤੀ ਨੇ, ਹਾਂਜੀ, ਗੱਲ ਇਹ ਹੋ ਜਾਂਦੀ ਹੈ, ਕਹਿੰਦੇ ਜੀ ਇੱਕ ਪ੍ਰੈਕਟੀਕਲ ਅਤੇ ਥਿਊਰੀ 'ਚ ਬਹੁਤ ਫਰਕ ਹੁੰਦਾ। ਠੀਕ ਆ ਭਾਅ ਜੀ, ਥਿਊਰੀ 'ਚ ਤਾਂ ਆਪਾਂ ਇਹ ਬਣਾ ਤਾ ਵੀ ਆਪਾਂ ਨੇ ਆਹ ਜਹਾਜ਼ ਬਣਾ ਤਾ, ਇਹ ਉੱਡ ਜਾਏਗਾ ਉੱਡ ਜਾਏਗਾ। ਜਦੋਂ ਪ੍ਰੈਕਟੀਕਲ 'ਤੇ ਆਉਂਦੇ ਨਾ, ਉਹ ਪਤਾ ਚੱਲਦਾ ਵੀ ਉਹਦਾ ਐਕਿਊਮਰੇਸੀ ਅਤੇ ਆਪਣੀ ਜਿਹੜੀ ਉਹਦੀ ਪਲੇਨ ਦੀ ਬੋਡੀ ਸ਼ੇਪ ਆ ਉਸ 'ਤੇ ਡਿਪੈਂਡ ਕਰਦੀ ਵੀ ਕਿਵੇਂ ਉੱਡੇਗਾ, ਅਤੇ ਇੰਜਣ 'ਤੇ ਡਿਪੈਂਡ ਕਰਦਾ ਕਿੰਨੀ ਉਹ ਕਿੰਨਾ ਉਹਨੂੰ ਸਰਚ ਹੁੰਦੀ ਆ ਉਸ 'ਤੇ, ਹਾਂਜੀ, ਜੇ ਸਰਚ ਹੁੰਦੀ ਆ। ਮੇਰੀ ਉਮਰ ਸਰਚਾਂ ਕਰਦੇ ਨਿਕਲ ਗਈ ਭਾਅ ਜੀ। ਸਹੀ ਗੱਲ ਹੈ, ਮੇਰੇ ਤੋਂ ਲੋਕ ਬੈਨੀਫਿਟ ਲੈਣ ਦੀ ਬਜਾਏ ਇਰੀਟੇਟ ਕਰਦੇ ਆ। ਚਲੋ ਆਪਣੇ 'ਤੇ ਤਾਂ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ, ਨਹੀਂ ਤਾਂ ਲੋਕ ਬੁਰਕੀ ਬੁਰਕੀ ਨਾਲ ਵੱਢ ਕੇ ਲੈ ਜਾਣ। ਠੀਕ ਹੈ, ਜੇ ਰਿਜ਼ਲਟ ਦੇ ਕੇ ਤੋਰੀ ਦਿਆ ਤਾਂ ਮੈਨੂੰ ਨਹੀਂ ਪਤਾ ਵੀ ਕਿਵੇਂ ਉਹ ਲੈ ਲੈਂਦਾ ਮੇਰੇ ਤੋਂ। ਠੀਕ ਹੈ ਨਾ, ਆਹ ਤੁਹਾਡੇ ਸਾਹਮਣੇ ਆ ਸਾਰਾ ਕੁਛ, ਆਹ ਤੁਹਾਡੇ ਸਾਹਮਣੇ ਆ ਭਾਅ ਜੀ। ਮੈਂ ਹੁਣ ਇੱਕ ਹਲਕਾ ਜਿਹਾ ਕੰਮ ਕਰਕੇ ਦਿਖਾਉਣਾ, ਆਹ ਬਿਲਕੁਲ ਸਾਫ਼ ਹੈ ਨਾ ਭਾਅ ਜੀ, ਮੈਂ ਇਹਦੀ ਉਂਗਲ ਫੇਰ ਲਾ ਦਿੱਤਾ। ਆ ਚੂੜੀਆਂ ਦੇ ਵਿੱਚ ਕੀ ਆਇਆ ਭਾਅ ਜੀ? ਕਾਰਬਨ, ਜੰਗਾਲ ਅਤੇ ਕਾਰਬਨ ਭਾਅ ਜੀ। ਇਹ ਮੈਂ ਇੰਜੈਕਟਰ ਕਰਾਊਂਗਾ ਅਤੇ ਮੇਰੇ ਵਾਲੇ ਵੀ ਕਿਤੇ ਨਹੀਂ ਚੱਲਣੇ ਜਿੰਨਾ ਚਿੱਕਰ ਸਫਾਈ ਨਹੀਂ ਹੁੰਦੀ। ਇਲਾਜ ਨਾਲੋਂ ਪਰਹੇਜ਼, ਪਰਹੇਜ਼ ਜ਼ਰੂਰੀ। ਮੈਂ ਪਰਹੇਜ਼ ਕਰ ਰਿਹਾ ਇਹ। ਮੈਂ ਐਕਸਪੀਰੀਅੰਸ, ਮੇਰਾ ਸਕਿੱਲਡ ਵੱਖਰਾ, ਮੈਂ ਸਕਿੱਲਡ ਨਾਲ ਵੱਖਰੇ ਪੈਸੇ ਲੈਂਦਾ, ਮੈਂ ਕਹਿ ਕੇ ਲੈਂਦਾ। ਤੂੰ ਗੁਨਾਹ ਤਾਂ ਨਹੀਂ ਕਰ ਰਿਹਾ? ਨਹੀਂ ਨਹੀਂ, ਤੁਹਾਡੇ ਸਾਹਮਣੇ ਕਰਕੇ ਨਾਲ ਤੁਹਾਨੂੰ ਸਿਖਾ ਰਿਹਾ, ਨਾਲ ਦੁਨੀਆਂ ਨੂੰ ਸਿਖਾ ਰਿਹਾ। ਸਹੀ ਗੱਲ ਹੈ ਜੀ। ਫੇਸਬੁੱਕ 'ਤੇ ਜਿਹੜਾ ਕੁਝ ਅੱਜ ਕੱਲ੍ਹ ਹੋ ਰਿਹਾ ਉਹ ਤੌਬਾ ਤੌਬਾ। ਕੋਈ ਫੇਸਬੁੱਕ ਵੇਖ ਕੇ ਸਾਡੇ ਕੋਲ ਜੋ ਕਰਾਉਣਾ ਚਾਹੁੰਦਾ ਅਸੀਂ ਉਹਦੇ ਮੁਤਾਬਕ ਨਹੀਂ ਕਰਾਂਗੇ। ਸਾਡਾ ਆਪਦਾ ਐਕਸਪੀਰੀਅੰਸ ਹੈ, ਅਸੀਂ ਆਪਦਾ ਐਕਸਪੀਰੀਅੰਸ ਅਗਲੇ ਨਾਲ ਸਾਂਝਾ ਕਰਦੇ ਹਾਂ, ਨਾਲੇ ਤੁਹਾਡੇ ਆਡੀਅੰਸ ਸਾਂਝਾ ਕਰਦੇ ਹਾਂ। ਪਰ ਵੀਡੀਓ ਜਿਹੜੀ ਜਨਰਲ ਨੌਲੇਜ ਵਾਲੀ ਹੁੰਦੀ ਹੈ ਉਹਨੂੰ ਪਲੀਜ਼ ਪੂਰੀ ਵੇਖਿਆ ਕਰੋ, ਤੁਹਾਨੂੰ ਸਮਝ ਆ ਜੂ। ਇੱਕ ਮਿੰਟ ਦੀ ਰੀਲ ਦੇ ਨਾਲ ਇੰਟਰਟੇਨਮੈਂਟ ਤੁਹਾਡੀ ਹੋ ਜੂਗੀ ਪਰ ਗੱਲ ਦੀ ਸਮਝ ਨਹੀਂ ਆਊਗੀ। ਜੇ ਪੂਰੀ ਵੀਡੀਓ ਦੇਖੋਗੇ ਤੁਹਾਨੂੰ ਸਮਝ ਆ ਜੂਗੀ ਇਸ ਗੱਡੀ 'ਚ ਪ੍ਰੋਬਲਮ ਹੈ ਕਿੱਥੇ। ਹਾਂਜੀ ਦੋਸਤੋ, ਬਹੁਤ ਸਾਰੀ ਬਰੀਕੀ ਹੁੰਦੀ ਹੈ, ਵਾਸ਼ਲਾਂ ਦਾ ਲਾ ਲਿਆ ਢੇਰ, ਇਹ ਤਾਂ ਸਾਡੀ ਆਪਦੀ ਥਿਊਰੀ ਹੈ ਵੀ ਇਹਨਾਂ ਨੂੰ ਕੀ ਕਰਨਾ, ਉਹ ਤਾਂ ਛੱਡੋ ਤੁਸੀਂ। ਫਿਰ ਇਹ ਚੀਜ਼ ਨੂੰ ਅਸੀਂ ਆਪਦੀ ਮਈਅਰਮੈਂਟ ਮੁਤਾਬਕ ਦੇਖਦੇ ਹਾਂ। ਦਿਖਾਓ ਪੁੱਤਰ ਖੋਲੋ। ਇੱਕ ਦੇ ਵਿੱਚ ਅਸੀਂ ਕਿੱਟ ਪਾ ਚੁੱਕੇ ਹੈਗੇ ਹਾਂ, ਅਤੇ ਤਿੰਨਾਂ ਦੀਆਂ ਕਰਾਤੀਆਂ ਸਰਵਿਸਾਂ, ਅਤੇ ਅੰਦਰ ਸੀਟਾਂ ਦੀ ਹਾਲਤ ਕਟਿੰਗ ਕਰ ਲਈ ਹੈਗੀ ਹੈ ਤਾਂ ਜੋ ਦਿੱਕਤ ਕੋਈ ਨਾ ਆਵੇ, ਅਤੇ ਹੁਣ ਗੱਡੀ ਦੀ ਜੋਬ ਨੂੰ ਆਪਾਂ ਕਰਨਾ ਡਨ। ਠੀਕ ਹੈ ਜੀ, ਚੂੜੀਆਂ ਦੀ ਬਿਲਕੁਲ ਡੈਮੇਜ ਸੀ, ਆਪਾਂ EZR ਵਾਲ ਸੈਕਿੰਡ ਹੈਂਡ ਲਿਆਂਦਾ, ਓਰੀਜਨਲ ਬੋਲਟ ਵਾਲਾ। ਆਪਾਂ ਹੁਣ ਤੁਹਾਨੂੰ ਇਹਦੇ 'ਚ ਬੋਲਟ ਓਰੀਜਨਲ ਦੇ ਵਿੱਚ ਆਹ ਖੋਲਿਆ ਹੈ, ਅਤੇ ਇਹਦੇ ਵਿੱਚ ਆਪਾਂ ਪਾਉਣੇ ਆ। ਦੇਖੋ ਤੁਸੀਂ ਗੱਡੀ ਬਾਹਰ ਪੁੱਤਰੇ ਚੱਕ, ਇਸ ਗੱਡੀ ਦੇ ਚੱਕ ਲਓ, ਇਸ ਗੱਡੀ ਦੇ EZR ਵਾਲ ਦੀ ਜੋਬ ਡਨ ਹੋਈ ਹੈ। ਪਰ ਆਪਾਂ ਜੋਬ ਡਨ ਕਰ ਰਹੇ ਹਾਂ, ਕਿੱਥੇ ਫਰਕ ਹੈ ਉਹ ਫਰਕ ਵੀ ਆਪਾਂ ਕੱਢ ਚੁੱਕੇ ਹਾਂ। ਲੱਕਰ ਹੋ ਮਿੱਤਰੋ ਫਿਰ ਬਿਲਕੁਲ, ਇੱਕ ਤਾਂ ਸਰ ਪਲੇ ਦੇਖੋ ਕਿੰਨੀ ਹੈ। ਹੁਣ ਇੱਕ ਕੰਮ ਹੋਰ ਕਰਦਾ ਮੈਂ, ਛੱਡ ਦਿਓ ਬੇਟਾ ਮੈਨੂੰ ਫੜਾ ਦਿਓ। ਐਕਚੁਲੀ ਦੇ ਵਿੱਚ ਇਹਦੇ 'ਚ ਪਈ ਹੋਈ ਹੈ ਸਪੇਸ, ਇਹਦੀਆਂ ਪੱਖੀਆਂ ਜਿਹੜੀਆਂ ਉਹ ਹੋਈਆਂ ਡਾਊਨ। ਕਿੰਨਾ ਵੀ ਹੋ ਸਕੇ ਕਸਟਮਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀ ਦੀ ਹੈ, ਆਹ ਜਿਹੜੀਆਂ ਪੱਖੀਆਂ ਡਾਊਨ ਹੈ ਇਹਦੀਆਂ, ਇਹ ਵੀ
ਪਿਕਅਪ 'ਤੇ ਅਸਰ ਪਾਉਂਦੀਆਂ। ਆਪਾਂ ਇਹਨੂੰ ਹੁਣ ਹਿਲਾਉਣੇ ਹਾਂ ਜੀ। ਹੁਣ ਆਹ ਜਿਹੜੀ ਸਪੇਸ ਪਿਆ ਹੋਇਆ ਇਹਦੇ ਨਾਲ 100% ਆ ਜਿਹੜੀ ਇਹ ਪਰਫੋਰਮੈਂਸ ਨਹੀਂ ਆਉਣੀ, 80% ਪਰਫੋਰਮੈਂਸ ਆਊਗੀ। ਬਹੁਤ ਸਾਰੇ ਦੋਸਤ ਕਹਿੰਦੇ ਹੁੰਦੇ ਵੀ ਥੱਲੜੇ ਪਾਸਿਓਂ ਪਿਕਅਪ ਨਹੀਂ ਲੈਂਦੀ, ਆਹ ਹੁਣ ਸਪੇਸ ਪਿਆ ਹੋਇਆ ਜਿਹੜਾ ਇਸ ਪਾਸੇ, ਇਹ ਬਹੁਤ ਔਖੀ ਹੋ ਕੇ ਵੀਡੀਓ ਬਣਾਉਣੀ ਪੈਂਦੀ ਹੈ। ਕਮੈਂਟ ਪਾਉਣ ਵਾਲੇ ਦੇ ਕਹਿੰਦਾ ਬਾਈ ਜੀ ਭੌਂਕਦੇ ਆ, ਜਿਸ ਬੰਦੇ ਨੂੰ ਅਕਲ ਨਹੀਂ ਹੈਗੀ ਉਹ ਭੌਂਕਦੇ ਨੂੰ ਜ਼ਰੂਰ ਕਹੂਗਾ, ਉਹਨੂੰ ਤਾਂ ਜੇ ਪਰਿਭਾਸ਼ਾ ਨਹੀਂ ਪਤਾ ਲੱਗਦੀ ਤਾਂ ਉਹ ਪਾਗਲ ਬੰਦਾ। ਮੈਂ ਉਹਦੇ ਕੋਈ ਕਮੈਂਟ ਦਾ ਜਵਾਬ ਨਹੀਂ ਦੇਣਾ ਚਾਹੁੰਦਾ। ਆਹ ਪੇਸ਼ਕਸ਼ ਦਾ ਸਪੇਸ ਹੈ ਜਿਹੜਾ, ਆਹ ਦੇਖੋ ਇਹ ਪੇਸ਼ਕਸ਼ ਵਿੱਚ ਇਹਨੇ ਵੜਦਾ ਪਿਆ, ਇਹ ਵੀ ਇਸ ਪਾਸੇ। ਆਹ ਦੇਖੋ ਕਸਟਮਰ ਬਜਟ ਬਣਾਉਂਦਾ ਜਾਂ ਨਹੀਂ ਬਣਾਉਂਦਾ ਇਹ ਕਸਟਮਰ 'ਤੇ ਡਿਪੈਂਡ ਕਰਦਾ ਹੈਗਾ। ਜੇ 100% ਪਰਫੋਰਮੈਂਸ ਚਾਹੁੰਦੇ ਹੋ, ਜਿੱਦਾਂ ਆਪਾਂ ਇਸ ਗੱਡੀ ਦੀ ਜੋਬ ਨੂੰ ਡਨ ਕਰਦੇ ਪਏ ਹਾਂ, ਤਾਂ ਫਿਰ ਤਾਂ ਬਹੁਤ ਬਰੀਕੀ 'ਚ ਜਾਣਾ ਪੈਂਦਾ। ਹਾਂਜੀ ਬਾਈ ਜਸਪ੍ਰੀਤ ਸਿੰਘ ਪਟਿਆਲੇ ਦੀ ਹੈ ਨਾ? ਹਾਂਜੀ ਪਟਿਆਲੇ ਦੀ ਜੀ। ਚਿਹਰੇ 'ਤੇ ਰੌਣਕ ਕਿੰਨੀ ਆਈ ਹੈ ਬਾਈ ਜੀ? ਬਹੁਤ ਆਈ ਹੈ ਜੀ, ਅੱਜ ਚਿਹਰੇ 'ਤੇ ਵੀ ਆਈ ਹੈ, ਗੱਡੀ 'ਤੇ ਵੀ ਰੌਣਕ ਆਈ ਹੈ। ਗੱਡੀ 'ਤੇ ਦਿਨ ਐਤਵਾਰ ਹੈ? ਐਤਵਾਰ ਹੈ ਜੀ। ਅਤੇ ਬਾਈ ਜੀ ਨੇ ਅਸੀਂ ਸਪੈਸ਼ਲ ਦੁਕਾਨ ਖੋਲ੍ਹੀ ਹੈ ਅਤੇ ਬਾਈ ਜੀ ਦਾ ਅਸੀਂ ਗੇੜਾ ਨਹੀਂ ਲਵਾਇਆ ਗਾ। ਅਤੇ ਬਾਈ ਜੀ ਤੁਸੀਂ ਹੁਣ ਪਹਿਲਾਂ ਦੁਖੜਾ ਜਿਹੜਾ ਕੈਮਰੇ ਮੂਹਰੇ ਨਹੀਂ ਉਹ ਤਾਂ ਹੁਣ ਕੀ ਫਰਕ ਨਜ਼ਰ ਆਇਆ? ਭਾਅ ਜੀ ਪਹਿਲਾਂ ਤਾਂ ਗੱਡੀ ਜਿਵੇਂ ਕਹਿ ਲਓ ਨਾ ਇੱਕ ਪ੍ਰੋਪਰ ਆਪਾਂ ਨੂੰ ਆਕਸੀਜਨ ਨਹੀਂ ਮਿਲ ਰਹੀ, ਉਸ ਟਾਈਪ 'ਤੇ ਸੀ ਵੀ ਪ੍ਰੋਪਰ ਸਾਹ ਨਹੀਂ ਆ ਰਿਹਾ ਸੀ ਗੱਡੀ ਨੂੰ, ਦੱਬ ਦੱਬ ਕੇ ਚੱਲਣੀ, ਇੰਜੈਕਟਰ ਦਾ ਕੰਮ ਪ੍ਰੋਪਰ ਨਹੀਂ ਹੋਇਆ ਪਿਆ ਸੀ, ਕਹਿ ਲਓ ਸਰਵਿਸ ਨਹੀਂ ਪ੍ਰੋਪਰ ਹੋਈ ਪਈ ਸੀ ਇੰਜੈਕਟਰਾਂ ਦੀ। ਪਰ ਭਾਅ ਜੀ ਕੋਲ ਆਏ ਆਪਾਂ ਅੱਜ ਮੋਗੇ ਪ੍ਰੀਤ ਮੋਟਰ ਦੇ, ਤਾਂ ਸਵੇਰੇ ਆਏ ਆਪਾਂ 9:30, ਆਹ ਟਾਈਮ ਨੀਅਰ ਅਬਾਊਟ ਹੋ ਗਿਆ 5:30 ਦਾ ਟਾਈਮ ਹੋ ਗਿਆ, ਅਤੇ ਭਾਅ ਜੀ ਨੇ ਸਾਰਾ 3 ਕੋਲ ਖੜ ਕੇ ਗੱਡੀ ਠੀਕ ਕਰਵਾ ਕੇ ਦਿੱਤੀ ਆ ਆਪ ਨਾਲ ਲੱਗ ਕੇ, ਬਹੁਤ ਵਧੀਆ ਰਿਸਪੋਂਸ ਆਇਆ। ਅਸੀਂ 12-13 ਕਿਲੋਮੀਟਰ ਦੀ ਡਰਾਈਵ ਲਿੱਤੀ ਆ, ਅੱਗੇ ਨਾਲ ਬਹੁਤ ਫਰਕ ਪਿਆ ਗੱਡੀ 'ਚ। ਹੈਪੀ ਹੋ ਭਾਅ ਜੀ? ਬਿਲਕੁਲ ਬਿਲਕੁਲ ਭਾਅ ਜੀ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਮੇਰੀਆਂ ਵੀਡੀਓ ਵੇਖ ਕੇ ਮਿਸਤਰੀ ਕੰਮ ਵਧੀਆ ਕਰਨ ਲੱਗ ਪਏ। ਹਾਂਜੀ ਹਾਂਜੀ, ਵੀਡੀਓ ਆਉਣ ਲੱਗ ਪਈਆਂ, ਸੋ ਐਂ ਕਰਕੇ ਜੈਮ ਦਿਖਾਉਂਦੇ ਆ, ਪਰ ਜਿੱਥੇ ਫਰਕ ਹੈ, ਜਿੱਥੇ ਫਰਕ ਪੈਣਾ ਹੈ ਉਹ ਪਾ ਕੇ ਤੋਰੀਦਾ। ਹਾਂਜੀ, ਉਹ ਚੀਜ਼ ਅਸੀਂ ਤੁਹਾਨੂੰ ਵੀ ਕਿਹਾ ਬਾਈ ਜੀ 10 ਮਿੰਟ ਬੈਠੋ, ਸਾਡੇ ਕਈ ਵਾਰੀ ਕਨਫਿਊਜ਼ ਹੋ ਜਾਂਦਾ ਜੋ ਕੰਮ ਕਰਦੇ ਹਾਂ ਇੰਜੈਕਟਰਾਂ ਦੀ। ਮੈਂ ਇੱਕ ਗੱਲ ਦੀ ਬਾਈ ਜੀ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ, ਬਈ ਕੰਮ ਤਾਂ ਉਮਰ ਦੇ ਤਜਰਬੇ ਨਾਲ ਹੁੰਦਾ। ਬਿਲਕੁਲ ਬਿਲਕੁਲ, ਪਰ ਆਪਾਂ ਤਾਂ ਕਾਪੀ ਮਰਵਾਈ ਜਾਂਦੇ ਹਾਂ, ਜਿਵੇਂ ਤੁਸੀਂ ਇੰਜੈਕਟਰਾਂ ਦੀ ਕੋਡਿੰਗ ਕਰਵਾਈ ਕਿਸੇ ਬੰਦੇ ਨੇ ਕੀਤੀ, ਉਹ ਸਿੰਗਲ ਹੀ ਕੀਤੀ, ਸਿੰਗਲ ਸਾਰਿਆਂ ਤੇ ਕੀਤੀ। ਜਾਂ ਤਾਂ ਕੰਮ ਸਿੱਖਣਾ ਨਹੀਂ ਚਾਹੁੰਦੇ ਜਾਂ ਕਰਨਾ ਨਹੀਂ ਚਾਹੁੰਦੇ, ਉਹ ਉਸ ਵੈਗਰੂ ਨੂੰ ਪਤਾ। ਮੈਂ ਤਾਂ ਲੋਕਾਂ ਦੇ ਪਾਏ ਹੋਏ ਨੁਕਸ ਉਹੀ ਕੱਢਦਾ। ਬਿਲਕੁਲ ਸਹੀ, ਪਏ ਵੀ ਉਹੀ ਹੈ ਨਾ ਜੀ। ਹਾਂਜੀ, ਤੁਹਾਡੀ ਗੱਡੀ ਸਟੱਕ ਕਰ ਗਈ ਸੀ, ਡੀਜ਼ਲ ਮਾੜਾ ਪੈਣ ਕਰਕੇ ਡੀਜ਼ਲ ਦਾ ਲੈਵਲ ਲੋਅ ਹੋ ਗਿਆ, ਤਾਂ ਅੱਜ ਜੋ ਤੁਸੀਂ ਦੇਖਿਆ, ਤੁਸੀਂ ਟੈਂਕੀ ਸਾਫ਼ ਕਰਾਈ ਸੀ ਭਾਅ ਜੀ? ਹਾਂ ਬਿਲਕੁਲ, ਜਦੋਂ ਮੈਂ ਇੰਜੈਕਟਰ ਦਾ ਕੰਮ ਕਰਾਇਆ ਸੀ ਤਾਂ ਉਸ ਵੇਲੇ ਉਹਨਾਂ ਨੇ ਮਕੈਨਿਕ ਨੇ ਕਿਹਾ ਵੀ ਆਪਾਂ ਟੈਂਕੀ ਆਪਣੀ ਟਰਬੋ ਦੀ ਪੈਪਾਂ, ਰੈਡੀਏਟਰ ਦੀ ਪੈਪਾਂ ਜਾਂ ਆਪਣੇ ਵਾਲ ਲਾ ਲਓ ਸਾਰੇ ਸਾਫ਼ ਕੀਤੇ ਆ। ਪਹਿਲਾਂ ਤਾਂ ਹੁਣ ਟਰਬੋ ਦਾ ਦੱਸੋ ਵੀ ਕਿਵੇਂ ਸੀ? ਟਰਬੋ ਦਾ ਜਦੋਂ ਮੈਂ ਚੈੱਕ ਕਰਾਇਆ ਸੀ ਉਹ ਕਹਿੰਦੇ ਨਹੀਂ ਪਲੇ ਨਹੀਂ ਹੈ, ਵੈਸੇ ਹੀ ਮਤਲਬ ਕਹਿ ਲਓ ਕੋਈ ਕਹਿੰਦਾ ਕੋਡਿੰਗ ਨਹੀਂ ਸਹੀ ਜਾਂ ਉਹਦੇ ਕਰਕੇ ਮਿਸਫਾਇਰ ਕਰ ਰਹੀ ਹੈ। ਫਰਕ ਹੈਗਾ ਸੀ? ਫਰਕ ਹੈਗਾ ਸੀ, ਪਲੇ ਹੈਗੀ ਸੀ ਉਹਦੇ 'ਚ। ਹੁਣ ਆ ਜਾਓ, ਕਿਹੜੀ ਤੁਸੀਂ ਗੱਡੀ ਵੱਜ ਗਈ ਸੀ ਮੂਹਰੇ ਪੈਪ ਵਿੰਗੀ ਸੀ ਉਹ ਆਪਾਂ ਵੱਲ ਹੁਣ ਕੱਢਿਆ। ਹਾਂਜੀ ਹਾਂਜੀ, ਤੁਸੀਂ ਇਹ ਗੱਲ ਕਹੀ ਵੀ ਬਾਈ ਜੀ ਪ੍ਰੈਸ਼ਰ ਦਿੰਦੇ ਆ ਅਤੇ ਫੁੱਲ ਜਾਂਦੀ ਹੈ, ਫੁੱਲ ਜਾਂਦੀ ਹੋਵੇ, ਆਪਾਂ ਸਹੀ ਕਰਤੀ। ਹਾਂਜੀ ਹਾਂਜੀ, ਇੰਜੈਕਟਰਾਂ ਦੀ ਕੋਡਿੰਗ ਫਰਕ ਬਿਲਕੁਲ। ਜੇ ਮੈਂ ਤੁਹਾਡੇ ਮਗਰ ਲੱਗ ਜਾਂਦਾ, ਜੇ ਜਿਵੇਂ ਔਡੀਅੰਸ ਕਹਿੰਦੀ ਹੈ ਵੀ ਬਾਈ ਨੂੰ ਤਾਂ ਆਦਤ ਆ ਯਾਰ ਪੈਸੇ ਬਣਾਉਣ ਦੀ, ਤੁਸੀਂ ਕਹਿੰਦੇ ਟੈਂਕੀ ਖੋਈ ਵੀ ਹੈ, ਮੈਂ ਟੈਂਕੀ 'ਤੇ ਚਲੋ ਪੈਸੇ ਨਹੀਂ ਲਏ, 200 ਰੁਪਏ ਐਕਸਟਰਾ ਤੁਹਾਡੇ ਤੋਂ ਲਿਆ, ਰੇਲ ਖੋਲ੍ਹੀ ਉਹ ਸਾਫ਼ ਸੀ ਭਾਅ ਜੀ? ਨਹੀਂ ਉਹ ਸਾਫ਼ ਨਹੀਂ ਸੀ, ਉਹਦੇ 'ਚ ਕਾਰਬਨ ਹੈਗੀ ਸੀ,
ਚਾਹੇ ਆਪਾਂ ਉਹਨੂੰ ਸੈਂਸਰ ਕਹਿ ਲਈਏ, ਉਸ 'ਤੇ ਵੀ ਕਾਲਕ ਹੈਗੇ ਸੀ, ਉਸ 'ਤੇ ਕਾਰਬਨ ਸੀ ਪ੍ਰੋਪਰ ਕਰ ਦਿੰਦਾ ਤੁਹਾਡੇ ਇੰਜੈਕਟਰ ਫਿਰ ਗੱਲ ਉੱਥੇ ਤਾਂ ਉੱਥੇ ਰਹਿ ਗਈ ਨਾ, ਫਿਰ ਵੀਰੇ ਕੰਮ ਬਾਈ ਨੂੰ ਵੱਖਰਾ ਕਰ ਲੈਣ ਦਿਆ ਕਰੋ, ਅਸੀਂ ਵੱਖਰੇ ਹਾਂ ਵੱਖਰੇ ਰਵਾਂਗੇ। ਹੈਪੀ ਹੋ ਭਾਅ ਜੀ? ਬਿਲਕੁਲ ਬਿਲਕੁਲ, ਪਟਿਆਲਵੀ ਭਾਅ ਜੀ ਹੈਪੀ ਨੇ ਪੂਰੇ। ਥੈਂਕ ਯੂ, ਥੈਂਕ ਯੂ।